ਚੋਣਾਂ ਦੇ ਆਖਰੀ ਗੇੜ ਦੇ ਲਈ ਖਤਮ ਹੋਇਆ ਨਾਮਜ਼ਦਗੀਆਂ ਦਾ ਦੌਰ। ਆਖਰੀ ਦਿਨ ਫਰੀਦਕੋਟ ਤੋਂ ਆਪ ਉਮੀਦਵਾਰ ਕਰਨਜੀਤ ਅਰਮੋਲ ਨੇ ਭਰਿਆ ਪਰਚਾ। ਫਤਿਹਗੜ੍ਹ ਦੇ ਵਿੱਚ ਕਾਂਗਰਸ ਕੈਂਡੀਡੇਟ ਡਾਕਟਰ ਅਮਰ ਸਿੰਘ ਅਤੇ ਅਨੰਦਪੁਰ ਸਾਹਿਬ ਦੇ ਵਿੱਚ ਬੀਜੇਪੀ ਦੇ ਸੁਭਾਸ਼ ਸ਼ਰਮਾ ਨੇ ਕੀਤਾ ਨੋਮੀਨੇਸ਼ਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਖਲ ਕੀਤਾ ਨੋਮੀਨੇਸ਼ਨ। ਤੀਜੀ ਵਾਰ ਵਾਰਾਣਸੀ ਦੇ ਰਣ ਦੇ ਵਿੱਚ ਉਤਰੇ ਪੀਐਮ ਨਾਮਜ਼ਦਗੀ ਤੋਂ ਪਹਿਲਾਂ ਕੀਤਾ ਗੰਗਾ ਪੂਜਨ ਅਤੇ ਕਾਲ ਭੈਰੋਂ ਦੇ ਦਰਸ਼ਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਕੀਤਾ ਗੋਧਰਾ ਅਤੇ 2002 ਦੰਗਿਆਂ ਦਾ ਜ਼ਿਕਰ। ਨਿਊਜ਼ 18 ਤੇ ਬੋਲੇ ਵਿਰੋਧੀਆਂ ਨੇ ਮੁਸਲਮਾਨਾਂ ਦੇ ਵਿੱਚ ਖਰਾਬ ਕੀਤਾ ਮੇਰਾ ਅਕਸ ਜ਼ਿਆਦਾ। ਬੱਚਿਆਂ ਵਾਲੇ ਬਿਆਨ ਤੇ ਵੀ ਦਿੱਤੀ ਸਫਾਈ। ਬੀਜੇਪੀ ਉਮੀਦਵਾਰ ਬਿੱਟੂ ਤੇ ਬੈਂਸ ਭਰਾਵਾਂ ਦੇ ਵਿਚਾਲੇ ਛਿੜੀ ਜ਼ਬਾਨੀ ਜੰਗ। ਬਿੱਟੂ ਬੋਲੇ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੈਂਸ ਭਰਾਵਾਂ ਨੇ ਲਾਈ ਸੀ ਪੂਰੀ ਵਾਹ। ਬੈਂਸ ਦਾ ਜਵਾਬ, ਬਿੱਟੂ ਨੇ ਕੱਢੇ ਸੀ ਮੇਰੇ ਤਰਲੇ। ਚਰਨਜੀਤ ਚੰਨੀ ਦੀ ਵੀਡੀਓ ਮਾਮਲੇ ਦੇ ਵਿੱਚ ਕਾਂਗਰਸ ਨੇ ਜਲੰਧਰ ਪੁਲਿਸ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ। ਕਿਹਾ ਵੀਡੀਓ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ ਖਿਲਾਫ਼ ਹੋਵੇ ਐਕਸ਼ਨ। ਕਰਤਾਰ ਸਿੰਘ ਪਿੰਡਰਾਂਵਾਲੇ ਦੇ ਭਤੀਜੇ ਦੇ ਕਤਲ ਮਾਮਲੇ ਦੇ ਵਿੱਚ ਮੁਲਜ਼ਮ ਗ੍ਰਿਫ਼ਤਾਰ। 12 ਦਿਨਾਂ ਬਾਅਦ ਬਾਬਾ ਬਲਵਿੰਦਰ ਸਿੰਘ ਦਾ ਸੇਵਕ ਕਾਬੂ। ਲੱਤ ਮਾਰਨ ਦੇ ਚੇਲੇ ਨੇ ਕੀਤਾ ਸੀ ਕਤਲ। ਪੰਜਾਬ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਚੜ੍ਹੇਗਾ ਪਾਰਾ। ਮੌਸਮ ਵਿਭਾਗ ਦੇ ਵੱਲੋਂ 16 ਤੇ 17 ਮਈ ਨੂੰ ਲੂ ਚੱਲਣ ਦਾ ਅਲਰਟ। 45 ਤੋਂ 47 ਡਿਗਰੀ ਤੱਕ ਪਹੁੰਚ ਸਕਦਾ ਤਾਪਮਾਨ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਰਣਾ। ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਹੋਵੇਗੀ 24 ਦੇ ਚੈਂਪੀਅਨ ਦੀ, ਚੰਨੀ ਵੀਡੀਓ ਮਾਮਲੇ ਦੇ ਵਿੱਚ। ਹੁਣ ਕਾਂਗਰਸ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ, ਜਲੰਧਰ ਪੁਲਿਸ ਕਮਿਸ਼ਨਰ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲਿਆਂ 'ਤੇ ਐਕਸ਼ਨ ਦੀ ਮੰਗ ਕੀਤੀ ਗਈ ਹੈ। ਵੀਡੀਓ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ। ਕਾਂਗਰਸ ਦਾ ਕਹਿਣਾ ਹੈ ਕਿ ਵੀਡੀਓ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ। ਰਾਜਾ ਵੜਿੰਗ ਨੇ ਵੀ ਚਰਨਜੀਤ ਚੰਨੀ ਦਾ ਬਚਾਅ ਕੀਤਾ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਮਾਵਾਂ ਭੈਣਾਂ ਨੂੰ ਵੀ ਅਸੀਂ ਗੱਲ ਲਾਉਂਦੇ ਹਾਂ। ਰਾਜਾ ਵੜਿੰਗ ਦੇ ਚਰਨਜੀਤ ਚੰਨੀ ਦਾ ਬਚਾਅ ਕੀਤਾ ਗਿਆ ਅਤੇ ਇਸ ਦੇ ਵਿੱਚ ਚੱਲੇ ਚੰਨੀ ਵੀਡੀਓ ਮਾਮਲੇ ਦੇ ਵਿੱਚ ਹੁਣ ਕਾਂਗਰਸ ਨੇ ਸ਼ਿਕਾਇਤ ਦਿੱਤੀ ਹੈ। ਜਲੰਧਰ ਪੁਲਿਸ ਕਮਿਸ਼ਨਰ ਦੇ ਕੋਲ ਦਰਅਸਲ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ। ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲਿਆਂ ਤੋਂ ਐਕਸ਼ਨ ਦੀ ਮੰਗ ਕੀਤੀ ਗਈ ਹੈ। ਕਾਂਗਰਸ ਦਾ ਕਹਿਣਾ ਹੈ ਕਿ ਵੀਡੀਓ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ। ਰਾਜਾ ਵੜਿੰਗ ਦੇ ਵੱਲੋਂ ਵੀ ਚਰਨਜੀਤ ਚੰਨੀ ਦਾ ਬਚਾਅ ਕਰਦੇ ਕਿਹਾ ਗਿਆ ਕਿ ਮਾਵਾਂ ਭੈਣਾਂ ਨੂੰ ਵੀ ਅਸੀਂ ਗੱਲ ਲਾਉਂਦੇ ਹਾਂ। ਫੇਸ ਤੇ ਹੱਥ ਲਗਾਉਣਾ ਸਾਡੀਆਂ, ਅਸੀਂ ਮਾਵਾਂ ਭੈਣਾਂ ਦੇ, ਹੁਣ ਅਸੀਂ ਮਾਵਾਂ ਭੈਣਾਂ ਨੂੰ ਜੱਫੀ ਵੀ ਪਾਉਣੇ ਹੈ ਸਾਡੀਆਂ। ਉਹ ਭੈਣ ਕਰਕੇ ਵੀ ਲਾਇਆ ਹੋ ਸਕਦਾ, ਆਪਦੀ ਵੱਡੀ ਮਾਤਾ ਕਰਕੇ ਵੀ ਲਾਇਆ ਹੋ ਸਕਦਾ। ਇਹੋ ਜਿਹੀ ਗਲਤ ਨੂੰ ਗੱਲ ਨੂੰ ਜੇ ਕੋਈ ਐਸੀ ਟਿੱਪਣੀ ਤੇ ਕੰਪਲੇਂਟ ਲਿਖਦਾ, ਮੈਨੂੰ ਲੱਗਦਾ ਉਲਟਾ ਉਹਦੇ ਜੁੱਤੀਆਂ ਮਾਰਨੀਆਂ ਚਾਹੀਦੀਆਂ, ਜਾਂ ਇਤਰਾਜ਼ ਬੀਬੀ ਜੀ ਨੂੰ ਹੋਣਾ ਚਾਹੀਦਾ। ਜੇ ਬੀਬੀ ਜੀ ਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ਤੇ ਇਹੋ ਜਿਹੀ ਇਹ ਗੱਲ ਕਿਸੇ ਵੱਲੋਂ ਕਰਨੀ, ਮੈਨੂੰ ਲੱਗਦਾ ਬੜੀ ਮਾੜੀ ਗੱਲ ਹੈ। ਬਹੁਤ ਹੀ ਇੱਕ ਮੰਦਭਾਗੀ ਘਟਨਾ ਜੋ ਕੁਛ ਐਂਟੀ ਸੋਸ਼ਲ ਐਲੀਮੈਂਟਸ ਨੇ ਬਹੁਤ ਵਾਇਰਲ ਕੀਤੀ ਹੋਈ ਹੈ।
ਉਹਦੇ ਬਾਰੇ ਅੱਜ ਕੰਪਲੇਂਟ ਕਮਿਸ਼ਨਰ ਜਲੰਧਰ ਪੁਲਿਸ ਦੇ ਦੇਣ ਲਈ ਗਏ ਸੀ। ਉਹ ਜਿੱਦਣ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਕਾਗਜ਼ ਭਰਨ ਲਈ ਗਏ, ਅਸੀਂ ਸਾਰੇ ਜਣੇ ਇਕੱਠੇ ਮੌਜੂਦ ਸਨ ਔਰ ਬਹੁਤ ਸਾਰੇ ਸੀਨੀਅਰ ਲੀਡਰ ਵੀ ਸਾਡੇ ਨਾਲ ਸੀ। ਸੋ ਉਹਨਾਂ ਨੇ ਉੱਥੇ ਬਹੁਤ ਅਦਬ ਔਰ ਸਤਿਕਾਰ ਦੇ ਨਾਲ ਦੋਨੋਂ ਲੀਡਰਾਂ ਦੇ ਵਿੱਚ ਆਪਸੀ ਆਦਾਨ ਪ੍ਰਦਾਨ ਹੋਇਆ, ਪਰ ਕੁਛ ਸ਼ਰਾਰਤੀ ਅਨਸਰਾਂ ਨੇ ਇਸ ਵੀਡੀਓ ਨੂੰ ਤੋੜ ਮਰੋੜ ਕੇ ਸੋਸ਼ਲ ਮੀਡੀਆ 'ਤੇ ਪਾਇਆ। ਜਿਹੜੇ ਵੀ ਅਨਸਰਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਖਿਲਾਫ਼ ਅੱਜ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਕਿ ਇਹਨਾਂ ਦੇ ਉੱਤੇ FIR ਲੌਜ ਕਰਕੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ। ਵਾਰਾਣਸੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦਾਖਲ ਕੀਤਾ ਨੋਮੀਨੇਸ਼ਨ। ਤੀਜੀ ਵਾਰ ਵਾਰਾਣਸੀ ਤੋਂ ਚੋਣ ਲੜਨ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਬੋਲੇ, ਕਾਸ਼ੀ ਦੇ ਨਾਲ ਮੇਰਾ ਰਿਸ਼ਤਾ ਅਦਭੁਤ ਅਨਿੱਖੜਵਾਂ ਅਤੇ ਬੇਮਿਸਾਲ। ਨੋਮੀਨੇਸ਼ਨ ਮੌਕੇ ਪੀਐਮ ਮੋਦੀ ਦੇ ਨਾਲ 10 ਸੂਬਿਆਂ ਦੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਰਹੇ ਮੌਜੂਦ। ਸ਼ਕਤੀ ਪ੍ਰਦਰਸ਼ਨ ਦੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ, ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ, ਮਹਾਰਾਸ਼ਟਰ ਦੇ ਸੀਐਮ ਏਕਨਾਥ ਸ਼ਿੰਦੇ ਸਣੇ ਕਈ ਵੱਡੇ ਆਗੂ ਹੋਏ ਸ਼ਾਮਿਲ। ਨਾਮਜ਼ਦਗੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਦਸ਼ਾਸ਼ਵ ਮੇਧ ਘਾਟ 'ਤੇ ਕੀਤੀ ਗੰਗਾ ਪੂਜਾ। ਗੰਗਾ ਪੂਜਨ ਕਰਕੇ ਕਾਲ ਭੈਰੋ ਮੰਦਰ ਦੇ ਵੀ ਕੀਤੇ ਦਰਸ਼ਨ, ਭਗਵਾਨ ਦਾ ਆਸ਼ੀਰਵਾਦ ਲੈ ਕੇ ਭਰਿਆ ਪਰਚਾ। ਚੰਡੀਗੜ੍ਹ ਤੋਂ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਨੇ ਦਾਖਲ ਕੀਤੇ ਕਾਗਜ਼। ਮਨੀਸ਼ ਤਿਵਾੜੀ ਦੀ ਬੀਜੇਪੀ ਅਤੇ ਸੰਜੇ ਟੰਡਨ ਦੇ ਨਾਲ ਸਿੱਧੀ ਟੱਕਰ। ਚੰਡੀਗੜ੍ਹ ਤੋਂ ਪਹਿਲੀ ਵਾਰ ਚੋਣ ਲੜ ਰਹੇ ਨੇ ਤਿਵਾੜੀ। ਨਾਮਜ਼ਦਗੀ ਤੋਂ ਪਹਿਲਾਂ ਮਨੀਸ਼ ਤਿਵਾੜੀ ਨੇ ਰੋਡ ਸ਼ੋਅ ਦੇ ਜ਼ਰੀਏ ਕੀਤਾ ਸ਼ਕਤੀ ਪ੍ਰਦਰਸ਼ਨ। ਆਪ ਵਰਕਰ ਵੀ ਹੋਏ ਸ਼ਾਮਿਲ। ਚੰਡੀਗੜ੍ਹ ਦੇ ਵਿੱਚ ਗੱਠਜੋੜ ਦੇ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਨੇ ਤਿਵਾੜੀ। ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਨਹੀਂ ਉਤਾਰਿਆ ਆਪਣਾ ਉਮੀਦਵਾਰ। ਕੁਝ ਦਿਨ ਪਹਿਲਾਂ ਹਰਦੀਪ ਬੁਟੇਲਾ ਟਿਕਟ ਵਾਪਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਹੋ ਗਏ ਸਨ ਸ਼ਾਮਿਲ। ਫਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਨੇ ਨਾਮਜ਼ਦਗੀ ਪੱਤਰ ਭਰਿਆ। ਇਸ ਦੌਰਾਨ ਉਹਨਾਂ ਦੇ ਨਾਲ ਪੰਜਾਬੀ ਅਦਾਕਾਰ ਬਿਨੂ ਢਿੱਲੋਂ ਅਤੇ ਕਈ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਰਹੇ। ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਦਾਖਲ ਕੀਤਾ ਨੋਮੀਨੇਸ਼ਨ। LOP ਲੀਡਰ ਪ੍ਰਤਾਪ ਸਿੰਘ ਬਾਜਵਾ ਰਹੇ ਮੌਜੂਦ। ਫਤਿਹਗੜ੍ਹ ਸਾਹਿਬ ਤੋਂ ਦੂਜੀ ਵਾਰ ਚੋਣ ਲੜ ਰਹੇ ਨੇ ਡਾਕਟਰ ਅਮਰ ਸਿੰਘ। ਫਤਿਹਗੜ੍ਹ ਸਾਹਿਬ ਤੋਂ ਬੀਜੇਪੀ ਦੇ ਉਮੀਦਵਾਰ ਗੇਜਾ ਰਾਮ ਨੇ ਵੀ ਭਰਿਆ ਕਾਗਜ਼। ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਰਹੇ ਮੌਜੂਦ। ਅਨੰਦਪੁਰ ਸਾਹਿਬ ਤੋਂ ਬੀਜੇਪੀ ਉਮੀਦਵਾਰ ਸੁਭਾਸ਼ ਸ਼ਰਮਾ ਨੇ ਭਰੀ ਨਾਮਜ਼ਦਗੀ। ਪਰਚਾ ਭਰਨ ਤੋਂ ਪਹਿਲਾਂ ਕੱਢਿਆ ਗਿਆ ਰੋਡ ਸ਼ੋਅ, ਨਾਲ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਉੱਤਰਾਖੰਡ ਦੇ ਸੀਐਮ ਪੁਸ਼ਕਰ ਧਾਮੀ ਰਹੇ ਮੌਜੂਦ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਸਭਾ ਸੀਟ ਤੋਂ ਉਮੀਦਵਾਰ ਇਮਾਨ ਸਿੰਘ ਮਾਨ ਨੇ ਭਰੀ ਨਾਮਜ਼ਦਗੀ। ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੀ ਨਾਲ ਰਹੇ ਮੌਜੂਦ। ਹੁਸ਼ਿਆਰਪੁਰ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਸਵੰਤ ਸਿੰਘ ਨੇ ਭਰੀ ਨਾਮਜ਼ਦਗੀ। DC ਦਫ਼ਤਰ ਪਹੁੰਚ ਕੇ ਪੇਪਰ ਕੀਤੇ ਫਾਈਲ। ਹਿਮਾਚਲ ਦੇ ਮੰਡੀ ਤੋਂ ਬੀਜੇਪੀ ਉਮੀਦਵਾਰ ਕੰਗਨਾ ਰਣੌਤ ਨੇ ਵੀ ਭਰੇ ਕਾਗਜ਼। ਕਾਂਗਰਸ ਦੇ ਵਿਕਰਮ ਆਦਿੱਤਿਆ ਦੇ ਨਾਲ ਹੋਵੇਗੀ ਸਿੱਧੀ ਟੱਕਰ। ਨਾਮਜ਼ਦਗੀ ਤੋਂ ਪਹਿਲਾਂ ਕੰਗਨਾ ਨੇ ਵੱਡੇ ਰੋਡ ਸ਼ੋਅ ਦੇ ਜ਼ਰੀਏ ਕੀਤਾ ਸ਼ਕਤੀ ਪ੍ਰਦਰਸ਼ਨ। ਨਾਲ ਹਿਮਾਚਲ ਦੇ ਸਾਬਕਾ ਸੀਐਮ ਜੈਰਾਮ ਠਾਕੁਰ ਵੀ ਰਹੇ ਮੌਜੂਦ। ਸੁਖਬੀਰ ਸਿੰਘ ਬਾਦਲ ਨੇ ਰੋਪੜ ਦੇ ਵਿੱਚ ਕੀਤਾ ਚੋਣ ਪ੍ਰਚਾਰ। ਚਮਕੌਰ ਸਾਹਿਬ ਦੇ ਵਿੱਚ ਕੱਢੀ ਪੰਜਾਬ ਬਚਾਓ ਯਾਤਰਾ। ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਦੇ ਵਿੱਚ ਜੁਟਾਇਆ ਸਮਰਥਨ। ਬੀਜੇਪੀ ਉਮੀਦਵਾਰ ਅਮਨੀਤ ਬਿੱਟੂ ਨੇ ਬੈਂਸ ਭਰਾਵਾਂ ਨੂੰ ਲੈ ਕੇ ਫਿਰ ਕਾਂਗਰਸ 'ਤੇ ਸਾਧਿਆ ਨਿਸ਼ਾਨਾ। ਬੋਲੇ ਕਾਂਗਰਸ ਨੇ ਰੇਪ ਦੇ ਮੁਲਜ਼ਮ ਨੂੰ ਪਾਰਟੀ ਦੇ ਵਿੱਚ ਕੀਤਾ ਸ਼ਾਮਿਲ। ਕਿਆ ਹੁਣ ਅੰਮ੍ਰਿਤਾ ਵੜਿੰਗ ਲੁਧਿਆਣੇ ਦੀਆਂ ਮਹਿਲਾਵਾਂ ਨੂੰ ਕਿਵੇਂ ਕਰਨਗੇ ਫੇਸ? ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੋਲੇ ਬੈਂਸ ਭਰਾ, ਕਾਂਗਰਸ ਕਰਦੀ ਹੈ ਲੋਕਾਂ ਦੀ ਗੱਲ, ਭਾਜਪਾ ਨੇ ਸਾਡੇ ਨਾਲ ਕੀਤੇ ਵਾਅਦੇ ਨਹੀਂ ਕੀਤੇ ਪੂਰੇ। ਪਿਛਲੇ ਦਿਨ ਹੀ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਭਰਾ ਬਲਵਿੰਦਰ ਬੈਂਸ ਕਾਂਗਰਸ ਦੇ ਵਿੱਚ ਹੋਏ ਨੇ ਸ਼ਾਮਿਲ। ਅਬੋਹਰ ਦੇ ਵਿੱਚ ਫਿਰੋਜ਼ਪੁਰ ਤੋਂ ਬੀਜੇਪੀ ਉਮੀਦਵਾਰ ਰਾਣਾ ਗੁਰਮੀਤ ਸੋਢੀ ਖਿਲਾਫ਼ ਹੋਈ ਨਾਅਰੇਬਾਜ਼ੀ। ਕਿਸਾਨਾਂ ਨੇ ਗੋ ਬੈਗ ਦੇ ਲਗਾਏ ਨਾਅਰੇ। ਬੀਜੇਪੀ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ ਸੋਢੀ।
ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਚੋਣ ਪ੍ਰਚਾਰ ਦੇ ਲਈ ਪਹੁੰਚੇ ਪਿੰਡ ਹਸਨਪੁਰ। ਕਿਸਾਨਾਂ ਨੇ ਕੀਤਾ ਜ਼ੋਰਦਾਰ ਵਿਰੋਧ, ਕੀਤੇ ਸਵਾਲ ਜਵਾਬ। ਹਰਿਆਣਾ ਦੇ ਵਿੱਚ ਲਗਾਤਾਰ ਵੱਧ ਰਿਹਾ ਕਾਂਗਰਸ ਦਾ ਖੁਨਬਾ, ਹੁਣ ਬੀਜੇਪੀ ਦੇ ਸਾਬਕਾ ਵਿਧਾਇਕ ਰੋਹਿਤਾ ਰੇਵੜੀ ਨੇ ਫੜਿਆ ਕਾਂਗਰਸ ਦਾ ਹੱਥ। ਸਾਬਕਾ ਸੀਐਮ ਭੁਪਿੰਦਰ ਹੁੱਡਾ ਨੇ ਪਾਰਟੀ ਦੇ ਵਿੱਚ ਕਰਾਇਆ ਸ਼ਾਮਿਲ। ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੇ ਤਰਨਜੀਤ ਸਿੰਘ ਸੰਧੂ। ਅੰਮ੍ਰਿਤਸਰ ਤੋਂ ਬੀਜੇਪੀ ਦੀ ਟਿਕਟ ਤੇ ਚੋਣ ਲੜ ਰਹੇ ਨੇ ਤਰਨਜੀਤ ਸੰਧੂ। ਦਿੱਲੀ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਜ਼ਬਰਦਸਤ ਹੰਗਾਮਾ, ਭਾਜਪਾ ਕੌਂਸਲਰਾਂ ਨੇ ਕੀਤੀ ਦਲਿਤ ਮੇਅਰ ਦੀ ਨਿਯੁਕਤੀ ਦੀ ਮੰਗ, ਸਦਨ ਦੇ ਵਿੱਚ ਕੀਤਾ ਜ਼ਬਰਦਸਤ ਹੰਗਾਮਾ। ਪੰਜਾਬ ਸਣੇ ਪੂਰੇ ਦੇਸ਼ ਦੇ ਵਿੱਚ ਨਾਮਜ਼ਦਗੀਆਂ ਦਾ ਦੌਰ ਖਤਮ ਹੋ ਗਿਆ। ਆਖਰੀ ਦਿਨ ਕਈ ਦਿੱਗਜਾਂ ਦੇ ਵੱਲੋਂ ਪਰਚੇ ਭਰੇ ਗਏ। ਵਾਰਾਣਸੀ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਨੋਮੀਨੇਸ਼ਨ ਫਾਈਲ ਕੀਤਾ। ਪੰਜਾਬ ਦੇ ਵਿੱਚ ਵੀ ਕਈ ਵੱਡੇ ਚਿਹਰਿਆਂ ਨੇ ਕਾਗਜ਼ ਭਰੇ ਨੇ। ਕੱਲ੍ਹ ਨਾਮਜ਼ਦਗੀ ਪੱਤਰ ਦੀ ਚਾਂਟੀ ਹੋਵੇਗੀ। 17 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਸੋ ਅੱਜ ਨਾਮਜ਼ਦਗੀਆਂ ਦਾ ਦੌਰ ਜਿਹੜਾ ਕਿ ਖਤਮ ਹੋ ਗਿਆ। ਪੰਜਾਬ ਸਣੇ ਪੂਰੇ ਦੇਸ਼ ਦੇ ਵਿੱਚ ਨਾਮਜ਼ਦਗੀਆਂ ਦਾ ਦੌਰ ਖਤਮ ਹੋਇਆ। ਆਖਰੀ ਦਿਨ ਕਈ ਦਿੱਗਜਾਂ ਦੇ ਵੱਲੋਂ ਪੰਜਾਬ ਦੇ ਵਿੱਚ, ਦੇਸ਼ ਭਰ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਵਿੱਚ ਜਿਹੜੇ ਕਿ ਕਾਗਜ਼ ਦਾਖਲ ਕੀਤੇ ਗਏ। ਵਾਰਾਣਸੀ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਨੋਮੀਨੇਸ਼ਨ ਭਰਿਆ। ਪੰਜਾਬ ਦੇ ਵਿੱਚ ਕਈ ਵੱਡੇ ਚਿਹਰਿਆਂ ਦੇ ਵੱਲੋਂ ਕਾਗਜ਼ ਭਰੇ ਗਏ। ਵਾਰਾਣਸੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਨੋਮੀਨੇਸ਼ਨ ਦਾਖਲ ਕੀਤਾ। ਤੀਜੀ ਵਾਰ ਵਾਰਾਣਸੀ ਤੋਂ ਚੋਣ ਲੜਨ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ। ਨਾਮਜ਼ਦਗੀ ਤੋਂ ਪਹਿਲਾਂ ਦਸ਼ਾਸ਼ਵ ਮੇਧ ਘਾਟ ਤੇ ਪ੍ਰਧਾਨ ਮੰਤਰੀ ਮੋਦੀ ਨੇ ਗੰਗਾ ਪੂਜਾ ਕੀਤੀ। ਕਾਲ ਭੈਰੋ ਮੰਦਰ ਦੀ ਇਸ ਦੌਰਾਨ ਪ੍ਰਧਾਨ ਮੰਤਰੀ ਦੇ ਵੱਲੋਂ ਦਰਸ਼ਨ ਕੀਤੇ ਗਏ। ਤੁਹਾਨੂੰ ਤਸਵੀਰਾਂ ਵਿਖਾ ਰਹੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆਪਣਾ ਨੋਮੀਨੇਸ਼ਨ ਦਾਖਲ ਕੀਤਾ ਗਿਆ। ਤੀਜੀ ਵਾਰ ਦਰਅਸਲ ਵਾਰਾਣਸੀ ਤੋਂ ਚੋਣ ਮੈਦਾਨ ਦੇ ਵਿੱਚ ਨੇ ਪ੍ਰਧਾਨ ਮੰਤਰੀ ਮੋਦੀ। ਨਾਮਜ਼ਦਗੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਦਸ਼ਾਸ਼ਵ ਮੇਧ ਘਾਟ ਤੇ ਗੰਗਾ ਪੂਜਾ ਕੀਤੀ ਗਈ। ਕਾਲ ਭੈਰੋ ਮੰਦਰ ਦੇ ਇਸ ਦੌਰਾਨ ਪ੍ਰਧਾਨ ਮੰਤਰੀ ਦੇ ਵੱਲੋਂ ਦਰਸ਼ਨ ਕੀਤੇ ਗਏ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਨਾਮਜ਼ਦਗੀ ਦਾਖਲ ਕੀਤੀ। ਇਸ ਦੌਰਾਨ ਬੀਜੇਪੀ ਦੇ ਕਈ ਸੀਨੀਅਰ ਦਿੱਗਜ ਆਗੂ ਵੀ ਉਹਨਾਂ ਦੇ ਨਾਲ ਮੌਜੂਦ ਰਹੇ। ਤੁਹਾਨੂੰ 3 ਤਸਵੀਰਾਂ ਅਸੀਂ ਵਿਖਾ ਰਹੇ ਹਾਂ। ਪ੍ਰਧਾਨ ਮੰਤਰੀ ਦੇ ਵੱਲੋਂ ਨਾਮਜ਼ਦਗੀ ਪੱਤਰ ਭਰਿਆ ਗਿਆ। ਵਾਰਾਣਸੀ ਤੋਂ ਦਰਅਸਲ ਤੀਜੀ ਵਾਰ ਪ੍ਰਧਾਨ ਮੰਤਰੀ ਚੋਣ ਮੈਦਾਨ ਦੇ ਵਿੱਚ ਨੇ। ਅੱਜ ਵਾਰਾਣਸੀ ਪਹੁੰਚ ਕੇ ਉਹਨਾਂ ਦੇ ਵੱਲੋਂ ਆਪਣੇ ਪੇਪਰ ਦਾਖਲ ਕੀਤੇ ਗਏ। ਇਸੇ ਦੌਰਾਨ NDA ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ BJP ਦੇ ਦਿੱਗਜ ਇਸ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ। ਇਸੇ ਦੌਰਾਨ ਪ੍ਰਧਾਨ ਮੰਤਰੀ ਦੇ ਵੱਲੋਂ ਕਾਲ ਭੈਰੋ ਮੰਦਰ ਜਾ ਕੇ ਕਾਲ ਭੈਰੋ ਮੰਦਰ ਦੇ ਦਰਸ਼ਨ ਕੀਤੇ ਗਏ, ਪੂਜਾ ਅਰਚਨਾ ਕੀਤੀ ਗਈ। ਸੋ 3 ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਪ੍ਰਧਾਨ ਮੰਤਰੀ ਦੇ ਵੱਲੋਂ ਵਾਰਾਣਸੀ ਤੋਂ ਅੱਜ ਆਪਣਾ ਪਰਚਾ ਦਾਖਲ ਕੀਤਾ ਗਿਆ। ਇਸੇ ਦੌਰਾਨ NDA ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ BJP ਦੇ ਦਿੱਗਜ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ। ਕਾਲ ਭੈਰੋ ਮੰਦਰ ਦੇ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਦਰਸ਼ਨ ਕੀਤੇ ਗਏ। ये वोट देकर के छूटने वाली अवस्थाएं नहीं है। वोट दिया और कॉन्ट्रैक्ट दे दिया ऐसा नहीं है। वो मोदी से जुड़ चुके हैं और अधिक जुड़ना चाहते हैं। उनको लगता है कि देश ने कई सरकारों के मॉडल देखे लेकिन भाजपा ने एक ऐसा मॉडल दिया है जिसमें आधुनिक भारत का संकल्प भी है, सपने भी है और जिसमें
साफ साफ देश के सामान्य मानवी जो 70-75 साल से इंतजार कर रहा था, जिसको लगता था कि आजाद होने के बाद ये सब उसे मिल जाएगा, उसको मिला नहीं, वो देने का काम आज मोदी कर रहा है। और इसलिए मुझे जो जमीनी सच्चाई है वो मेरे साथ जुड़ चुकी है, और जो खास करके युवा जनरेशन जिसने बुरे दिन देखे नहीं थे 2014 के पहला, जिसने उसको 5-7-10 साल की आयु का था, उसको लगता है यहाँ यार स्पेस में रिफॉर्म हो रहा है, चंद्रयान हो रहा है, डिजिटल इंडिया हो रहा है, स्टार्टअप हो रहा है, ग्रीन हाइड्रोजन का हब बनने वाला है, फार्मा का हब बनने वाला है, ये उसको लगता है ये तो बिल्कुल दुनिया के लिए हमारा सब कुछ खुल जाएगा। जब वो देखता है कि हम मोबाइल फोन इंपोर्ट करते थे, और जब वो सोचता है कि यार दुनिया में हम सेकंड नंबर पर हैं मोबाइल एक्सपोर्टर के रूप में, तो मेरा नौजवान अपने सपनों को मेरे सफलताओं के साथ बुन रहा है, वो और बुन करके वो ऐसा धागा बना रहा है जिस धागे के कारण उसको अपने भविष्य की गारंटी दिखती है। इतना कॉन्फिडेंस, आप लबरेज हैं कॉन्फिडेंस से, मतलब आपको नर्वसनेस जरा भी नहीं है। पहली बात है शायद वो मेरी डिक्शनरी में शब्द नहीं है नर्वसनेस। दूसरा, मैंने जीवन तपस्या की है जी, मेरा पल पल मैंने खपाया है, देशवासियों के लिए खपाया है, अपने लिए नहीं खपाया है, और मैंने इनके लिए इसलिए खपाया कि मुझे मालूम है कि बहुत ही डिजर्विंग लोग हैं, इनके साथ 70 साल तक अन्याय हुआ है, और जब उनके आंसू कोई पहुंचता है, उनके टॉयलेट की कोई चिंता, वो भूल नहीं सकता है। कोरोना का कठिन काल चूल्हा बुझने नहीं दिया था, बच्चे को भूखा सोने नहीं दिया था, क्यों? एक सरकार थी जिसने कहा था अनाज के भंडार पड़े हैं लेकिन हम दे नहीं सकते हैं। एक ये सरकार है जिसका संकल्प है किसी का घर का चूल्हा मैं बुझने नहीं दूंगा। ये जो इमोशनल साइड है आपका, 15 साल से ज्यादा वक्त गुजरात में, 10 साल यहाँ केंद्र में, एक बहुत ही कड़े प्रशासक के तौर पर आपकी एक इमेज जो है निकल कर आई है, लेकिन हाल के दिनों में ये दिख रहा है कि आपका एक कोमल मन है जो रह रहकर बाहर आ जाता है। आप बहुत इमोशनल आदमी है लेकिन उसे दुनिया से छुपाते हैं। ऐसा है कि अब टीवी का जमाना है तो लोगों को पता चल जाता है, ये कोई बाद में आई हुई चीजें नहीं होती है, जन्मजात होती है, और वो शायद मेरी स्ट्रेंथ भी है, दुनिया के नजरों में वीकनेस भी है, और विरोधियों के लिए ताना मारने का एक अवसर भी है, लेकिन मैं इन सब से परे हूं। मोदी आपका बच्चा है, आपने इसको बना बनाया है, आपने इसको पाल करके बड़ा बनाया है, कुछ कमी रह गई मैं ठीक करूंगा, अच्छा होगा तो आगे बढ़ाऊंगा। मैंने दो पर्सनालिटीज